हलका कादिया के पिंड जोगी चीमा की रहने वाली 19 साल लड़की महक शर्मा पुत्री तरलोक चंद का लंदन के चाकू मार के कतल कर दिया गया। जानकारी देंदे अमृतका के परिवारिक मैंबर ने दसा कि महक शर्मा का विआह 2022 के साहिल शर्मा वासी न्यू संत नगर गुरदासपुर नाल होया सी। उसकी बेटी स्टडी विजे ते 20 नवंबर 2022 नूं लंदन गई सी, जिस तों बाद उसका पति भी उसके कोल चला गया, पर वह उन्हां दी बेटी नूं उत्थे तंग परेशान करन लग पिया। उन्हां दस्सिया कि साहिल एक शक्की किस्म का व्यक्ति सी अते उसनूं मारन दीआं धमकियां भी दित्तियां जांदियां सन। परिवार ने कहा कि उन्हां दी बेटी का कतल उसके पति ने ही किया है। लंदन पुलिस वालों 23 साल साहिल शर्मा को गिरफ्तार कर लिया गया है। परिवार ने जिला प्रशासन तो मांग की है कि उन्हां दी बेटी दी मृतक ते भारत लियाउण लई उन्हां दी मदद की जाए। संत नगर गुरदासपुर डेढ़ साल हो गया। हां जी साल हो चला बस 20 तारीख नु साल हो इन्हां नु नंबर दी की मसला होया उन्होंने कतल करता घर वाले ने चाकू मार मार के मेरी हां जी हां करता बाहर जाके करता रहा वा ज्यादा और परेशान बड़ा किया उन्हें सानू एक मुंडा या एक कुड़ी नहीं कोई नहीं आ मेरे छोटे दो बच्चे मेरा घर वाला भी नहीं गा मेरा कोई नहीं ना मेरा अगे ना मेरा पिछे मैं अपना पेंशन दे सर तो टाइम पास कर दी मेनू 1500 रुपया पेंशन ही आती मेरी बच्ची नो इधर बुलाया जाए तो उन्हें गोली मार दो नहीं घर वाले नो मेरी मेनू कुड़ी चाहिए मेनू मेरी कुड़ी बुला दो मेरी मैं रब्बा मैं लड़ दे मम्मी नहीं कोई नहीं अपने सुधर जाऊंगा ਕੁੜੀ ਗੁਰਦਾਸਪੁਰ ਗਈ ਸੀ ਸੰਤ ਨਗਰ ਮੁਹੱਲੇ ਜੀ ਇਹਨਾਂ ਨੂੰ 1.5 ਸਾਲ ਹੋ ਗਿਆ ਜੀ ਤੇ ਵਾਰਦਾਤ ਉਹਦੇ ਪ੍ਰਾਹੁਣੇ ਨੇ ਕੀਤੀ ਹੈਗੀ ਜੀ ਉਹਨੇ ਚਾਕੂ ਮਾਰ ਕੇ ਉਹਦੀ ਹੱਤਿਆ ਕੀਤੀ ਆ ਹਾਂਜੀ ਸਰਸ ਨੂੰ ਇਹੀ ਮੰਗ ਆ ਜੀ ਉਹ ਕੁੜੀ ਨੂੰ ਇੱਥੇ ਬੁਲਾਇਆ ਜਾਏ ਸਾਡੇ ਕੋਲ ਹਾਂਜੀ ਉਹਦੀ ਡੈਡ ਬੋਡੀ ਬੁਲਾਈ ਆ ਜੀ ਤੇ ਗਰੀਬ ਬਹੁਤ ਗਰੀਬ ਪਰਿਵਾਰ ਵਾ ਜੀ ਕੁੜੀ ਦਾ ਜਿਹੜਾ ਮਤਲਬ ਪਿਓ ਉਹਦੀ ਡੈਥ ਹੋ ਚੁੱਕੀ ਹੈ ਕੁੜੀ ਦੀ ਜਿਹੜੀ ਸ਼ਾਦੀ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੋਈ ਤੇ ਮਤਲਬ ਇਨਸਾਫ ਚਾਹੀਦਾ ਅਕਸਰ ਹੀ ਕੁੜੀ ਨੂੰ ਜਿਹੜੇ ਆ ਇਹਦੇ ਮਤਲਬ ਕੁੜੀ ਦੇ ਸਹੁਰੇ ਇਹਨੂੰ ਤੰਗ ਕਰਦੇ ਰਹਿੰਦੇ ਇਹਦੇ ਕੋਲ ਮਤਲਬ ਪ੍ਰਾਪਤੀ ਮੰਗਦੇ ਵੀ ਸਾਨੂੰ 50 ਲੱਖ ਰੁਪਈਆ ਦਿਓ ਗਰੀਬ ਪਰਿਵਾਰ ਹੋਣ ਦੇ ਨਾਤੇ 50 ਲੱਖ ਰੁਪਈਆ ਕਿੱਥੋਂ ਦੇਣਗੇ ਕਿਉਂਕਿ ਇਹਨਾਂ ਕੁੜੀ ਦੀ ਮੈਰਿਜ ਹੀ ਬੜੀ ਔਖੀ ਕੀਤੀ ਅਤੇ ਮਤਲਬ ਕੁੜੀ ਨੂੰ ਜੋ ਪੜ੍ਹਾਈ ਕਰਾਈ ਇਹਨਾਂ ਨੇ ਮਾਂ ਪਿਓ ਨੇ ਕਰਾਈ ਪੈਸੇ ਲਾ ਕੇ ਸਹੁਰਿਆਂ ਨੂੰ ਬਾਹਰ ਭੇਜਿਆ ਸੀ 1 ਸਾਲ ਕੁੜੀ ਬਾਹਰ ਰਹੀ ਹੈ ਫਿਰ ਮੁੰਡੇ ਨੂੰ ਬਾਹਰ ਲੈ ਗਈ ਨਾਲ ਉੱਥੇ ਜਾ ਕੇ ਮੁੰਡੇ ਨੇ ਮੁੰਡਾ ਅਕਸਰ ਨਸ਼ਿਆਂ ਦਾ ਆਦੀ ਸੀ ਅਤੇ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮੁੰਡੇ ਦਾ ਚਾਚਾ ਵੀ ਜੋ ਆ ਬਾਹਰ ਰਹਿੰਦਾ ਅਤੇ ਕੱਲ੍ਹ ਸਾਨੂੰ ਸ਼ਾਮੀ ਪਤਾ ਲੱਗਾ ਵੀ ਕੁੜੀ ਦੀ ਉਹਨੇ ਚੱਕ ਮਾਰ ਕੇ ਹੱਤਿਆ ਕਰਤੀ ਹੈ ਵੀਡੀਓ ਕਾਲ ਆਈ ਵੀਡੀਓ ਕਾਲ ਦੇ ਵਿੱਚ ਦੋਵਾਂ ਬੰਦੇ ਨੂੰ ਧਮਕੀਆਂ ਆਈਆਂ ਲਾਈਵ ਹੋ ਕੇ ਨਾ ਧਮਕੀਆਂ ਦਿੱਤੇ ਇਹ ਮਸਲਾ ਨਾ ਚੁੱਕਿਓ ਅਤੇ ਡੱਡ ਪਵੱਡੀ ਜਿਹੜੀ ਆ ਇਹ ਪੰਜਾਬ ਨਾ ਮੰਗਾਇਓ ਨਹੀਂ ਤਾਂ ਤੁਹਾਡਾ ਮਾੜਾ ਹਸ਼ਰ ਹੋਵੇਗਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜਗਰੂਪ ਸਿੰਘ ਸੇਫਾ ਕੋਲ ਬੇਨਤੀ ਮਦਦ ਮੰਗਦੇ ਹਾਂ ਇਹਦੀ ਡੱਡ ਵੱਡੀ ਜਿਹੜੀ ਆ ਉਹ ਪੰਜਾਬ ਲਿਆਂਦੀ ਜਾਵੇ ਅਤੇ ਮੈਂ ਦੱਸਿਆ ਵੀ ਪ੍ਰਾਪਤੀ ਦੀ ਮੰਗ ਜਿਹੜੀ ਉਹ ਅਕਸਰ ਸਹੁਰਾ ਪਰਿਵਾਰ ਕਰਦਾ ਰਹਿੰਦਾ ਸੀ ਅਤੇ ਸਾਨੂੰ ਅਸੀਂ SSP ਗੁਰਦਾਸਪੁਰ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਦਾਸਪੁਰ ਤੋਂ ਲਾਪਟਤ ਖੁਸ਼ੀਪੁਰ ਦੀ ਰਿਪੋਰਟ।